ਜਦੋਂ ਚੰਨੀ ਆਇਆ ਸੀਗਾ ਜੀ ਇਹ ਵੀ ਕਹਿੰਦਾ ਜੀ ਕਹਿੰਦਾ ਮੈਂ ਹਰੀਜਨ ਦੇ ਪਰਿਵਾਰ ਚੋਂ ਹਾਂ ਕੋਈ ਫਰਕ ਪਿਆ ਨਹੀਂ ਮਾੜਾ ਮੋਟਾ ਨਹੀਂ ਜੀ ਜਿਹੜਾ ਚੰਨੀ ਆਇਆ ਸੀ ਅਸੀਂ ਤਾਂ ਐਵੇਂ ਕਹਿ ਦਈਏ ਸਾਡੇ ਕੋਲ ਆਇਆ ਨਹੀਂ ਅਸੀਂ ਉਹਦਾ ਮੂੰਹ ਨਹੀਂ ਦੇਖਿਆ ਅਜੇ ਤੱਕ ਬਾਪੂ ਜਿਹੜਾ ਸਮਾਨ ਕਹਿੰਦੇ ਹੋ ਇਹ ਬਦਲਿਆ ਫਿਰ ਉਸ ਟਾਈਮ 3 ਮਹੀਨੇ ਕੋਈ 4 ਮਹੀਨੇ ਨਹੀਂ ਗੱਲ ਸੁਣੋ ਮੇਰੀ ਹਾਂਜੀ ਮੈਂ ਤਾਂ 60 ਸਾਲ ਦੀ ਉਮਰ ਦੇ ਵਿੱਚ ਸਾਡੀ ਜਿਹੜੀ ਕੋਈ ਵਿਹੜੇ ਕੋਈ ਚੀਜ਼ ਆਉਂਦੀ ਆ ਗਰੀਬਾਂ ਨੇ ਉਹ ਚੀਜ਼ ਚਾਹੇ ਕੋਈ MLA ਹੋ ਜੇ ਕੋਈ MP ਹੋ ਜੇ ਉਹ ਕਿਉਂਕਿ ਸਾਡੇ ਕੋਈ ਵਿਹੜੇ ਆ ਕੇ ਕਿਸੇ ਨੇ ਆਏ ਨਹੀਂ ਕਿਹਾ ਵੀ ਯਾਰ ਤੁਹਾਨੂੰ ਕੀ ਚੀਜ਼ ਮਿਲਦੀ ਆ ਤੁਹਾਨੂੰ ਪੂਰੀ ਮਿਲ ਜਾ ਘਟੀਆ ਮਿਲਦੀ ਹੈ ਗੱਲਾਂ ਤੋਂ ਹੀ ਲੱਗਦਾ ਵਾ ਮਯੂਸ ਮਯੂਸ ਹੋ ਗਿਆ ਬਿਲਕੁਲ ਦੁਖੀ ਨਹੀਂ ਹੋ ਜਾਂਦਾ ਮਨ ਮੇਰੀ ਗੱਲ ਸੁਣੋ ਜਦੋਂ ਕਿ ਇੱਕ ਸਾਨੂੰ ਕਹਿਤਾ ਮੈਂ ਪੰਚਾਇਤ ਮੈਂਬਰ 'ਚ ਵੀ ਆ ਕਣਕ ਭਰਖੀ ਮਾਰ ਕੇ ਲੈ ਕੇ ਆਈ ਮੈਨੂੰ ਐਂ ਪਤਾ ਵੀ ਜਿਹੜੀ ਥੱਲੇ ਵਾਲੇ ਪਾਸੇ ਕਣਕ ਹੁੰਦੀ ਆ ਬੋਰੀ ਦੇ ਉਹ ਘਟੀਆ ਹੁੰਦੀ ਆ ਭਿੱਜੀ ਹੋਈ ਉਹ ਸਾਡੇ ਬੱਚਿਆਂ ਨੂੰ ਮਿਲਦੀ ਆ ਜਿਹੜੇ ਸਕੂਲ ਦੇ ਬੱਚੇ ਨੇ ਜਿਹੜੇ ਗਰੀਬਾਂ ਦੇ ਬੱਚੇ ਨੇ ਉਹ ਸਕੂਲ 'ਚ ਸਹੀ ਗੱਲ ਆਪ ਗੱਲ ਕਰਨ ਜੀ ਨਹੀਂ ਕਰਦਾ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਫਿਰ ਹੁਣ ਬਾਪੂ ਵੋਟ ਸੋਚ ਕੇ ਪਾਇਓ ਜਿੱਥੇ ਪਾਉਣਾ ਆਪਣਾ ਗਾਹਾਂ ਨੂੰ ਇਹ ਹਾਲ ਨਾ ਹੋਵੇ ਇੱਕ ਮਿੰਟ ਸੁਣੋ ਮੈਂ ਹੋਰ ਵੀ ਸੁਣਾ ਦਿੰਦਾ ਨਾ ਜੇ ਕੋਈ ਸਾਡੇ ਵਿਹੜੇ ਦੇ ਵਿੱਚ ਕੋਈ ਪਿੰਡਾਂ 'ਚ ਹਰੇਕ ਪਿੰਡ 'ਚ ਇੱਕ ਪਿੰਡ 'ਚ ਨਹੀਂ ਇੱਕ ਪਿੰਡ 'ਚ ਨਹੀਂ ਹਰੇਕ ਪਿੰਡ ਦੇ ਵਿੱਚ ਜਦੋਂ ਸਾਡੇ ਗਰੀਬੀ ਦਾਵੇ ਦੇ ਵਿੱਚ ਚੀਜ਼ ਆਉਂਦੀ ਆ ਉਹ ਸਹੀ ਨਹੀਂ ਮਿਲਦੀ ਬਿਲਕੁਲ ਇੱਕ ਸਾਨੂੰ ਗਰੀਬ ਆਦਮੀ ਨੂੰ ਤਕੜਾ ਆਦਮੀ ਕੀ ਆ ਮੁੱਲ ਲੈਂਦਾ ਮੁੱਲ ਲੈਂਦਾ ਜੇ ਤੂੰ ਸਾਡੇ ਚਰੀ ਦੀ ਭਰੀ ਵੱਢ ਲਈ ਸਾਡੇ ਉਹ ਕਣਕ ਲੈ ਲਈ ਜਿਹੜੇ ਇਹ ਧੁਰ ਤੋਂ ਅਫਸਰ ਨੇ ਨਹਿਰ ਚੱਲਦੀ ਆ ਰੋਪੜੋਂ ਰੋਪੜ ਤੋਂ ਨਹਿਰ ਚੱਲਦੀ ਆ ਬਹੁਤ ਵੱਡੀ ਉਹ 'ਚੋਂ 4-5 ਨਹਿਰਾਂ ਪਾੜਦੀਆਂ ਨੇ ਉਹਦੇ ਵਿੱਚੋਂ ਫਿਰ ਸੂਏ ਪਾੜਦੇ ਨੇ ਫਿਰ ਸਾਡੇ ਕੋਲ ਇੱਕ ਖਾਲ ਆਉਂਦਾ ਛੋਟਾ ਜਿਹਾ ਫਿਰ ਉਦੋਂ ਛੋਟੀ ਜਿਹੀ ਨਾਲ ਆਉਂਦੀ ਆ ਇੰਨੀ ਕੁ ਸਾਡੇ ਪਿੰਡ 'ਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਲੋਕ ਨੇ ਇਹ ਸਹੀ ਗੱਲ ਨਹੀਂ ਕਹਿੰਦੇ ਤਕੜੇ ਆਦਮੀ ਤੋਂ ਡਰਦੇ ਕਹਿੰਦੇ ਨਹੀਂ ਸਾਡੇ ਕੋਲ ਤਾਂ ਇੰਨਾ ਕੁ ਪਾਣੀ ਆਉਂਦਾ ਮਾੜਾ ਜਿਹਾ ਜੇ ਹੁਣ ਅਸੀਂ ਜਾ ਕੇ ਕਹਿੰਦੇ ਹਾਂ ਵੀ ਸਾਡੇ ਜਵਾਕਾਂ ਨੂੰ ਗਲੀ ਹੋਈ ਚੀਜ਼ ਦਿੰਦੇ ਹੋ ਕਿਉਂਕਿ ਅਗਲਾ ਉਹ ਤੂੰ ਕਿਉਂ ਬੋਲਦਾ ਯਾਰ ਮੈਂ ਬੋਲਦਾ ਮੈਂ ਨਾ ਕਿਸੇ ਤੋਂ ਡਰਦਾ ਨਾ ਕਿਸੇ ਤੋਂ ਮੈਂ ਚੀਜ਼ ਲੈਂਦਾ ਮੈਂ ਕਿਸੇ ਤੋਂ ਕੁਛ ਨਹੀਂ ਲੈਂਦਾ ਮੈਂ ਸਕੂਲ 'ਚ ਵੀ ਜਾ ਕੇ ਸਫਾਈ ਕਰਾਉਣਾ ਇੱਧਰ ਸਾਡੇ ਸਕੂਲ 'ਚ ਸਫਾਈ ਕਰਾਉਣਾ ਉੱਥੇ ਜਾ ਕੇ ਜੇ 3 ਮਹੀਨੇ ਛੁੱਟੀਆਂ ਹੁੰਦੀਆਂ ਨੇ ਮੈਂ ਮੇਰੇ ਮੁੰਡੇ ਨੂੰ ਲਾਉਣਾ ਇੱਕ ਮੈਂ ਦਿਹਾੜੀਆ ਲਾਉਣਾ ਮੈਂ ਦਿਹਾੜੀਆ ਬੰਦਾ ਇਹਨਾਂ ਨੂੰ ਪੁੱਛ ਲਓ ਸਾਰੇ ਬੰਦਿਆਂ ਨੂੰ ਉੱਥੇ ਹੀ ਸਾਫ਼ ਕਰਾਉਂਦੇ ਹਾਂ ਵੀ ਇੱਥੇ ਸਾਡੇ ਗਰੀਬਾਂ ਜਵਾਬ ਫੜਦੇ ਨੇ ਸਹੀ ਗੱਲ ਨਹੀਂ ਆਉਂਦੀ ਫਿਰ ਡੋਲ ਆ ਜਾਂਦਾ ਸਹੀ ਗੱਲ ਹੈ ਸਹੀ ਗੱਲ ਇਹ ਤੁਸੀਂ ਜਿਹੜੇ ਅਫਸਰ ਨੇ ਕਿੰਨੇ ਵੀ ਅਫਸਰ ਨੇ ਸਾਡੇ ਪਤਾ ਕੀ ਚੀਜ਼ ਉਹਦਾ ਗੋਹਾ ਕੂੜਾ ਛੱਡਦਾ ਹੈ ਚਰੀ ਟੱਟੀ ਟੱਟੀ ਵੱਢਦਾ ਉਹਦੀ ਉਹਦੀ ਸੱਤ ਬਦਲੀ ਜਾਂਦੀ ਹੈ ਮੈਂ 3 ਪਲਾਇਨ ਕੀਤੇ ਨੇ ਮੈਂਬਰੀ ਦੇ ਸਾਡੇ ਵਿਹੜੇ ਦੇ ਵਿੱਚ ਮੈਂ ਕਿਸੇ ਬੰਦੇ ਤੋਂ ਕੋਈ ਚੀਜ਼ ਨਹੀਂ ਲਈ ਹੈਗੀ ਅੱਜ ਤੱਕ ਮੈਨੂੰ ਚਾਹੇ ਕਿਤੇ ਮਰਜ਼ੀ ਜਾ ਕੇ ਕਹਿ ਦਿਆ ਵੀ ਯਾਰ ਸਾਡਾ ਸੁਖਾ ਮੈਂ ਮੇਰਾ ਸੁਖਾ ਨਾ ਹੋਇਆ ਮੈਂ ਆਪਦੇ 60 ਰੁਪਈਆਂ ਦੇ ਜੱਟਾਂ ਨਾਲ ਸਾਹ ਲੈ ਗਿਆ ਵੀ ਹੁਣ ਚਲੋ ਠੀਕ ਆ ਕੋਈ ਵੀ ਅਫਸਰ ਆਉਂਦਾ ਗਾ ਕਾਂਗਲਾ ਬਣਿਆ ਸੀ ਕਿੰਨੇ ਜ਼ਮੀਨਾਂ ਬਣਾ ਗਿਆ MLA ਬਣਿਆ ਸੀ ਉਹਦੀ ਗੱਡੀ 250 ਰੁਪਈਆ ਕਿਰਾਏ 'ਤੇ ਜਾਂਦੀ ਹੁੰਦੀ MLA ਸ਼ਿੰਦਰ ਦੀ ਅਸੀਂ ਤੂੜ ਖੂਨ ਢੋਂਦੇ ਹੁੰਦੇ ਲੁਧਿਆਣੇ 5 ਰੁਪਈਏ ਕੁਇੰਟਲ ਹੁੰਦਾ ਲੋਕ ਕੁਛ ਜਿਹੜੇ MLA ਨੇ ਕਿੰਨੀਆਂ ਕਿੰਨੀਆਂ ਜ਼ਮੀਨਾਂ ਬਣਾਈਆਂ
ਥਿਰਕ ਬੰਦੇ ਨੇ ਕੋਈ ਵੀ ਕੁਛ ਵੀ ਕਿੰਨਾ ਬਣਾ ਲਿਆ ਕਾਰੋਬਾਰ ਤਗੜਾ। ਜਿਹੜਾ ਸਾਡਾ ਗਰੀਬ ਆਦਮੀ ਆ, ਅੱਜ ਮੈਂ ਮੇਰੇ ਸਹੁਰੀ ਨਹੀਂ ਜਾਂਦੀ ਸੰਨੀ ਸੰਨਾ ਕਿਹੜਾ ਜੀ ਬੜੇ ਗੁਰੂ ਨੇ ਸੰਨਾ ਜੀ। ਮੈਂ ਕੁੜੀ ਨੂੰ ਪੁੱਛਿਆ, ਮਾਂ ਪੁੱਤ ਤੂੰ ਤੁਰ ਕੇ ਜਾਂਦੀ ਹੋ ਸਾਰੋਂ ਸਾਡੀ ਘਾਟ ਵਾਲੇ ਕੋਲ ਸਾਈਕਲ ਮਨੀ ਬਾਪੂ ਕੋਈ ਬਦਲਾਅ ਦਾ ਐਤਕੀ ਲੱਗ ਰਿਹਾ, ਹੋਰ ਹਵਾ ਚੱਲਦੀ ਆ ਕੋਈ ਲੱਗਦਾ ਇਹਨਾਂ ਤੋਂ ਵੀ ਨਹੀਂ ਆਸ ਬਦਲਾਅ ਤਾਂ ਤੁਹਾਨੂੰ ਮੈਂ ਦੱਸਦਾ ਇੱਕ ਤੱਕੜੀ ਦੇ ਵਿੱਚ ਬੋਝ ਹੁੰਦਾ ਹੈ, ਜਿਹੜੇ ਕੋਈ ਕਦੇ ਇੱਧਰ ਦੱਬ ਕੇ ਲੈ ਜਾਂਦਾ ਕਦੇ ਇੱਧਰ ਦੱਬ ਕੇ ਲੈ ਜਾਂਦਾ। ਬਦਲਾਅ ਤਾਂ ਕੋਈ ਇਮਾਨਦਾਰ ਬੰਦਾ ਆਊਗਾ ਢਿੱਡੋਂ ਰੱਜਿਆ ਹੋਇਆ, ਜਿਹੜਾ ਕਹਿੰਦੇ ਵੀ ਇੱਕ ਰੋਟੀ ਹੋਰ ਖਾ ਲਾ, ਉਹ ਕਹਿੰਦੇ ਮੈਂ ਨਹੀਂ ਯਾਰ ਖਾਣੀ, ਮੇਰਾ ਢਿੱਡ ਪਾੜ ਜੂ, ਉਹ ਬੰਦਾ ਬਦਲਾਅ ਕਰ ਸਕਦਾ। ਨਹੀਂ ਜ਼ਿੰਦਗੀ 'ਚ ਕੋਈ ਪੈਸਿਆਂ ਵਾਲੀ ਚੀਜ਼ ਤੋਂ ਬਦਲਾਅ ਨਹੀਂ ਕਰ ਸਕਦਾ, ਬਸ ਉਹ ਢਿੱਡ ਰੋਟੀ ਤੋਂ ਐਂ ਕਹਿ ਸਕਦਾ ਮੈਂ ਯਾਰ ਹੋਰ ਨਹੀਂ ਖਾਣੀ ਰੋਟੀ, ਮੈਂ ਦਿਹਾੜੀ ਕਰਕੇ ਮੇਰੇ ਕੋਲ ਦੋ ਟਰੈਕਟਰ ਨੇ, ਮੈਂ ਦਿਹਾੜੀ ਵੀ ਕੀਤੀ ਹੈ, ਮੁੰਡਾ ਵੀ ਮੇਰਾ ਪ੍ਰੋਫੈਸਰ ਲਵਾਇਆ ਮੈਂ, ਨੂੰਹ ਵੀ ਮੇਰੀ ਮਾਸਟਰਨੀ ਹੈ, ਹੈਂ ਅਤੇ ਮੈਂ ਇੱਕ ਬੇਈਮਾਨੀ ਨਾਲ ਨਹੀਂ ਕੋਈ ਬੱਚਾ ਪਾਲਿਆ, ਬਹੁਤ ਆਪਦੀ ਹਿੰਮਤ ਨਾਲ ਪਾਲੇ ਨੇ ਆਹ ਵੀ। ਹੁਣ ਮੈਂ ਇੱਥੇ ਵਿਹਲਾ ਸੀ ਬਿੰਦ ਨਵਾਂ ਯਾਰ, ਚੱਲ ਬਿੰਦ ਦਰਵਾਜ਼ੇ ਜਾਏ ਜੀ। ਠੀਕ ਆ ਬਾਈ, ਧੰਨਵਾਦ। ਮੇਰੀ ਕੋਈ ਗੱਲਬਾਤ ਗਲਤ ਤਾਂ ਨਹੀਂ ਬਾਈ? ਜਮਾਂ ਹੀ ਜੀ ਵੀ ਸਾਡੀ ਜਿਹੜੀ ਕਾਸਟ ਹੈਗੀ, ਸਾਡੀ ਕਾਸਟ ਆ ਦੇਖੋ, ਜਿਹਨਾਂ ਕੋਲ 50-50 ਵਿਘੇ ਜ਼ਮੀਨ ਹੈ, ਹਜ਼ਾਰ ਵਿਘੇ ਜ਼ਮੀਨ ਆ, ਮੈਂ ਤੂੜੀ ਦਾ ਵਪਾਰ ਕੀਤਾ 35 ਸਾਲ, 35 ਸਾਲ ਦੇ ਵਿੱਚ ਮੈਂ 7 ਬੰਦੇ ਕੰਮ ਸਿਖਾ ਤੇ, ਜਿਹਨੂੰ ਮੈਂ ਕਹਿੰਦਾ ਹੁੰਦਾ ਮੇਰੀ ਚੋਣ ਨਿਸ਼ਾਨ ਤੰਗਲੀ 500 ਰੁਪਈਆ ਦਿਹਾੜੀ ਆ ਮੇਰੀ ਤੰਗਲੀ ਜਿਹੜੀ ਮੇਰੀ ਤੂੜੀ ਭਰ ਲਾਉਂਦਾ ਮੇਰਾ ਬੰਦਾ, ਮੇਰਾ ਗਰੀਬ ਬੰਦਾ 500 ਰੁਪਈਆ ਲਿਜਾਓ ਆਪਣੇ ਜਵਾਕਾਂ ਨੂੰ ਖਵਾਓ, ਮੈਂ ਮਿਹਨਤ ਕਰਕੇ ਆਪਣੀ ਤੰਗਲੀ ਦੇ ਨਾਲ ਹੁਣ ਤੱਕ ਗੁਜ਼ਾਰਾ ਕੀਤਾ, ਜਿੱਥੇ ਮੇਰਾ ਨਾਮ ਸੁਖਾ ਜਿੱਥੇ ਮਰਜ਼ੀ ਆ ਗੱਲਾਂ ਮੇਰੀਆਂ ਦੇ ਵਿੱਚ ਮੈਂ ਟਿਕਾ ਲਿਓ। ਜੇ ਕੋਈ ਰੱਜਿਆ ਹੋਇਆ ਬੰਦਾ ਆਊ ਵੀ ਮੇਰਾ ਭਾਈ ਢਿੱਡ ਪਾੜ ਜੂਗਾ ਮੈਂ ਹੋਰ ਨਹੀਂ ਕੁਛ ਖਾਂਦਾ, ਉਹ ਆਪਣੀ ਬਦਲਾਅ ਕਰ ਸਕਦਾ, ਇਹ ਮੁਲਕ ਦਾ ਆਪਣੇ ਦਾ ਪੰਜਾਬ ਦਾ ਉਹ ਬਦਲਾਅ ਕਰ ਸਕਦਾ, ਨਹੀਂ ਉਹ ਕੋਈ ਬਦਲਾਅ ਨਹੀਂ ਕਰ ਸਕਦਾ। ਠੀਕ ਆ ਬਾਈ ਗੱਲ, ਮੇਰੇ ਬਾਈ ਦਾ ਭਰ ਲਿਆ ਬਾਦਲ ਦੀ ਰਾਜ, ਮੈਨੂੰ ਲੁਧਿਆਣੇ ਪਹਿਲਾਂ ਤਾਂ ਮੈਂ 3000 'ਚ ਡੇਲੋਂ ਛਡਾਇਆ ਪੁਲਿਸ ਆਇਆ, ਉਹ ਦੋ ਟਰੈਕਟਰ ਤੂੜੀ ਦੇ ਭਰੇ ਹੋਏ ਤੇ, ਉਦੋਂ ਬਾਅਦ ਮੈਨੂੰ 17,500 ਰੁਪਇਆ ਡੀ ਟੀ ਓ ਨੇ ਜੁਰਮਾਨਾ ਕੀਤਾ ਜਾ ਕੇ ਲੁਧਿਆਣੇ, ਮੈਂ ਵਿਆਜ 'ਤੇ ਪੈਸੇ ਚੱਕ ਕੇ ਟਰੈਕਟਰ ਛਡਾ ਕੇ ਲੈ। ਦੇਖੋ ਦੇਖੋ ਤੁਹਾਨੂੰ ਮੈਂ ਜਿਹੜੀ ਆਹ ਗੱਲ ਦੱਸੀ ਆ, ਮੈਂ ਉਦੋਂ ਮੁੜ ਕੇ 40 ਭੂੰਗ ਵਾਲੀ ਵੇਚਤੀ ਹਰ ਕੇ ਪੰਡਾਂ ਵੀ ਕਰ ਰੋਟੀ ਖਾਣੀ।